ਹੱਥ ਪੱਥਰ ਰੱਖੇ ਲੋ ਵੀ ਲੋ ਪੂਰੇ ਕਰੋ ਸਵਾਲ ਸਜਾਦ ਅਗਰ ਪਹਿਲਾ ਬਿਵਾਰਿਸ ਕੌਣਾ ਜਦ ਜਦ ਜਾਉਂ ਬਿਵਾਰਿਸ ਆਏ ਤੇ ਲਾਸ਼ ਜਾਈ ਨੇ ਹਬੀਬ ਦੇ ਵਾਰਿਸ ਆਏ ਤੇ ਲਾਸ਼ ਜਾਈ ਨੇ ਭਾਈ ਜਾਨ ਮਨ ਤੇਰੀ ਲੁੜਦੀ ਹੱਜ ਦੀ ਕਸਮ ਹੈ ਹੋਰ ਦੇ ਵਾਰਿਸ ਆਏ ਤੇ ਲਾਸ਼ ਜਾਈ ਨੇ ਭਾਈ ਅਜੀ ਉੱਥੇ ਵੰਜ ਕੇ ਰੱਖੀ ਨੇ ਜਿੱਥੇ ਅੱਜ ਹੋਰ ਦੀ ਕਬਰ ਹੈ ਭਾਈ ਜੋ ਜਦ ਲਾਸ਼ ਦੁਬਾਰਾ ਚਾਵਣ ਲੱਗਣ ਹੋਰ ਦੀ ਲਾਸ਼ ਚਮੀਦੀ ਨਹੀਂ ਵਾਰਸਾ ਦੇ ਨਾਲ ਸਤਨ ਚਾਵਣ ਆਇਆ ਤੇਰੀ ਲਾਸ਼ ਨਹੀਂ ਚਮੀਦੀ ਹੋ ਰਾਜਾ ਮੈਨੂੰ ਚੰਦਿਆ ਉਹਨੂੰ ਜਾਵਾ ਜਿਹਨੂੰ ਮੁਹੰਮਦ ਚੰਦਾ ਵਾਹ ਵਾਹ ਮਾਤਮੀ ਹੁਸੈਨ ਦੇ ਜੀ ਮੈਂ ਨੌਕਰਾਂ ਜੀ ਮੈਂ ਹਜ਼ਾਰ ਦਫ਼ਾ ਪੜ੍ਹਦਾ ਮੈਂ ਲੱਖ ਦਫ਼ਾ ਪੜ੍ਹਦਾ ਆਦੇ ਮੈਨੂੰ ਚਾਵਣ ਆਇਆ ਉਹਨੂੰ ਚਾਵਾ ਜਿਹਨੂੰ ਮੁਹੰਮਦ ਚਾਹੁੰਦਾ ਵਾਹ ਵਾਹ ਮੈਂ ਆਖਿਆ ਹਰ ਲਾਸ਼ ਦੇ ਵਾਰਿਸ ਆਏ ਤਰਾਏ ਲਾਸ਼ਾਂ ਦੇ ਵਾਰਿਸ ਕਰੋ ਸਵਾਲ ਸੱਜਾਦ ਇੱਧਰ ਕੌਣ ਕੌਣ ਦੇ ਵਾਰਿਸ ਭਾਈ ਜਾਨ ਪਹਿਲਾਂ ਦੇ ਵਾਰਿਸ ਆਈ ਜਦੀ ਸੂਰਤ ਮੁਹੰਮਦ ਨਾਲ ਮਿਲਦੀ ਆਈ ਜਦੀ ਭੈਣ ਵਤਨ ਤੇ ਆ ਜੀ ਆਈ ਅਖਬਾਰ ਕਦਾਵਲ ਸੇ ਜਦਾਂ ਮੈਂ ਮਰ ਵੈਸਾ ਜ਼ਾਕਰੀ ਦੇ ਅਲਫਾਜ਼ ਦੀ ਉਹਨਾਂ ਮੈਂ ਅਲਫਾਜ਼ ਪੜ੍ਹਨੇ ਮਿਲਣਾ ਤੋਂ ਆ ਪਿਆ ਪਹਿਲਾ ਹੁਸੈਨ ਦਾ ਅਲੀ ਅਕਬਰ ਦੇ ਵਾਰਿਸ ਕਰੋ ਸਵਾਲ ਸਜਾਦ ਹੈਦਰ ਦੁਆ ਕੌਣ ਦੇ ਵਾਰਿਸ ਆ ਦੁਆ ਉਹ ਦੇ ਵਾਰਿਸ ਜਦੀ ਉਮਰਾਂ 6 ਮਹੀਨੇ ਪੁੱਠਾ ਤਰਾਇਆ ਰੀਏ ਵਾਹ ਵਾਹ ਜਿਹੜਾ ਇੱਕ ਕੰਨ ਤੂੰ ਦੂਏ ਕੰਨ ਤਾਈਂ ਜ਼ਿਬਾ ਹੋ ਜਿਹਦਾ ਨਾਮ ਅਲੀ ਅਸਗਰ ਹੈ ਮੈਂ ਤੇਰੀ ਇਬਾਦਤ ਦੇ ਇਜ਼ਾਫੇ ਵਾਸਤੇ ਲਫ਼ਜ਼ਾਂ ਦਾ ਜ਼ਖਮੀ ਕਿਤਨਾ ਹਾ ਬੱਖਰ ਦੀਆਂ ਔਰਤਾਂ ਜਿਨ੍ਹਾਂ ਮੰਨਤ ਦੇ ਚੋਲੇ ਬਣਾਏ ਇੱਥੋਂ ਤੁਰ ਪਈਆਂ ਭਾਈ ਜਾਨ ਜਦੋਂ ਕਰਬਲਾ ਪਹੁੰਚੀਆਂ ਬਾਦਸ਼ਾਹ ਹੁਸੈਨ ਦੀ ਜ਼ਰੀ ਤੇ ਆਈਆਂ ਇੱਕ ਇੰਡੀਆ ਦਾ ਆਲਮ ਬੈਠਾ ਆਦੀਆਂ ਨਲਾਮਾ ਸਾਹਿਬ ਦੱਸ ਤਾ ਸਹੀ ਅਲੀ ਅਸਗਰ ਹੁਸੈਨ ਦੇ ਸੱਜੇ ਪਾਸੇ ਜਾਂ ਖੱਬੇ ਪਾਸੇ ਹੱਥ ਹੋਵੇ ਤਾਂ ਸੀਨੇ ਤੇ ਆਉਣਾ ਚਾਹੀਦਾ ਉਹ ਆਲਮ ਦੀਨਾ ਦਾ ਮੈਂ ਇਹੋ ਕੁਝ ਜਾਣਦਾ ਹੈ ਇਸੇ ਕਬਰ ਇੱਕ ਦਫਾ ਉਹ ਆਲਮਾ ਦਾ ਜਦਾ ਰਾਤ ਢਲੀ ਹੈ ਮੈਂ ਹੁਜਰੇ ਚ ਵੀ ਆ ਅੱਧੀ ਰਾਤ ਤੋਂ ਹੀ ਅੱਖਾਂ ਵਿੱਚ ਬਾਦਸ਼ਾਹ ਹੁਸੈਨ ਆਏ ਰੋ ਕੇ ਫਰਮਾਇਆ ਨੇ ਆਲਮ ਤੇਰੇ ਪੁੱਤਰ ਨੂੰ ਕੰਡਾ ਲੱਗੇ ਉਹਨੇ ਦਿੱਤਾ ਦੀ ਹੋਵੇ ਸੱਜੇ ਪਾਸੋਂ ਸਮੇਂ ਸੇ ਜਾਂ ਖੱਬੇ ਪਾਸੋਂ ਆਲਮਾ ਦੇ ਮਾਲਾ ਮਰੋ ਕਿਆ ਕੇ ਮਾਲਾ ਮੇਰਾ ਪੁੱਤਰ ਜ਼ਖਮੀ ਹੋਵੇ ਮੈਂ ਉਹਨੂੰ ਸੀਨੇ ਤੇ ਸਮੇਂ ਸਾ ਹੁਸੈਨ ਦੀ ਆਵਾਜ਼ ਆਈ ਆਈ ਤੇਰਾ ਪੁੱਤਰ ਥੋੜਾ ਜ਼ਖਮੀ ਹੋਵੇ ਤੂੰ ਸੀਨੇ ਤੇ ਸਮੇਂ ਲੈ ਮੇਰਾ ਪੁੱਤਰ ਇਤਨਾ ਜ਼ਖਮੀ ਆਈ ਹੈ ਸੈਯਦਾ ਦਾ ਮੇਰੀ ਛਾਤੀ ਤੇ ਸੁੱਤਾ ਹੋਇਆ ਹੈ ਦੁਆਏ ਬਿਵਾਰਿਸ ਕਰੋ ਸਵਾਲ ਸਜਾਦ ਹੈ ਦਰ ਤ੍ਰਿਆ ਕੌਣ ਬਿਵਾਰਿਸ ਆ ਭਾਈ ਜਾਨ ਤ੍ਰਿਆ ਉਹ ਬਿਵਾਰਿਸ ਆਈ ਜਦਾਂ ਸਾਰੀਆਂ ਲਾਸ਼ਾਂ ਜਵੀ ਗਈਆਂ ਗਰੀਬ ਦੀ ਭੈਣ ਵੇਦੀ ਰਹੀ ਜਦਾਂ ਹੁਸੈਨ ਬਚ ਗਈ ਹੈ ਆਲੀਆ ਸੈਨ ਭਾਈ ਜਾਨ ਮਦੀਨੇ ਮੂੰਹ ਕੀਤਾ ਹੱਕਲ ਮਾਰ ਕੇ ਦੀਆ ਅੰਮਾ ਅੱਜ ਪਤਾ ਲੱਗੇ ਸਾਡਾ ਮਾਮਾ ਕੋਈ ਨਾ ਬੀਬੀ ਆਦੀ ਹਾਰ ਕੇ ਦਵਾਰੇ ਸੈ ਮੇਰਾ ਹੁਸੈਨ ਬੇਵਾਰੇ ਸੁਭਾਵਾ ਬੀਬੀ ਆਦੀ ਹੈ ਮੇਰੇ ਵਿਰਾ ਦੀ ਲਾਸ਼ ਧੋਤੇ ਪਈਏ ਉਹਨੂੰ ਚਮਣ ਲ ਕੋਈ ਨਹੀਂ ਭਲਾ ਉਹਨੇ ਜਿਹੜੇ ਹੈ ਕਰਕੇ ਪਰੋਂਦੇ ਹੋ ਬਜ਼ੁਰਗ ਪੜਦੇ ਆਏ ਬੇਜੁਰਮ ਫਿਰਾ ਦੀ ਲਾਸ਼ ਉੱਤੇ ਤੇ ਅਜਾ ਭੇਣ ਗਰੀਬ ਨਾ ਆਈ ਉਹ ਬੇਗੈਰਤ ਸ਼ਾਮ ਦੇ ਵਸਦਿਆਂ ਨੇ ਵਚਾ ਲਾਸ਼ ਤੇ ਲੋਟੀ ਲਾਸ਼ਾਂ ਹੀ ਨਹੀਂ ਕਹਿੰਦਾ
لاش برادی غش کر گئی زہرا زہرا جائی تو تمہیں کہ رو سکنے اہل بیتو مامے ایدے چھوانی انہیں کرو سوال سجاد ایدر حیوان کی مرونے بھائی جان بھلا ہوئے انجڑے مارے گئے بھائی نہ ہوئے انجڑی قید ہو گئی مسلمان ترتیب وار اٹھ بہائے ایک خاکی رنگ دا اٹھے جائے اپنی جا چھوڑی اگلے اٹھ دی گردن اچ گردن پا کے کوئی گل کی دی اس اٹھ رومن لگ دی وات اگلے اٹھ دی گردن اچ گردن پائی ایس عباس نگر آلے جدا سارے اٹھ رونین فضا پوچھے دی علی دی دسیا حیوان کیوں پر رون دین بی بی آدی امار نانے دی امات او چھوٹا نواد آودا ہے بھامے چابک لگ دے رامین آدھا تیز قدم نہیں چاوڑا تو اڈی کانڈ دے علی واہ واہ بھلا انہیں ہے کرار کربلا مڑ گئی حسین دی مجلس تیز قدم نہیں چاوڑا تو اڈی کانڈ دے علی دیا سوار مک گئی پڑھائی جے تیری ہائے نکلے بھائی جان سوار ہو گیا چاچا جدا اوچ ٹرن لگن سارے اوچ ٹر پین ایک اوچھے جڑا زمین تو قدم نہیں چاہتا ایک کتے دے پوتر دے اللہ دی لعنت ہوے لوہے دا چابک چاہے او سوٹ دے کول آئے لبر میرا جڑا قدم نہیں پیا چاہتا اس کتے دے پوتر ایڈا زور نال چابک مارا اوٹھ دے گوشت تھٹ گئی ہے پچھنا اٹھ نال رلے آئے اپنی بولی اچھا دے جدہ اتنا مرے دے ٹوٹا کیوں نے اٹھ اپنی زبان اچھا دے کیوں نے ٹوٹا مینودہ مرے دے جدہ زینب نماز پہ پڑھ دی ہوئے آدھے بھاوے مروے سا او میں قدم نہ عالم حمد پا خالق قریب عبادت اپنی پاک بارگاہ وچ منظور مقبول فرما ذکر دا صدقہ تیری ذات غفور رحیم ہے بھائی جان دے بخت اقبال بلندی عطا فرما صاحبان دی حاضری لنگر نیاز خرچ اخراجات اپنی پاک بارگاہ وچ منظور مقبول فرما ساڈا پڑھنا بانیاں دا پڑھاونا منظور مقبول فرما دعائیں منظور